ਸਤਿ ਸ਼੍ਰੀ ਅਕਾਲ ਨਮਸਤੇ ਅੱਜ ਕੱਲ੍ਹ ਸਭ ਨੂੰ ਪਤਾ ਹੈ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਅਸੀਂ ਲੋਕ ਸਾਰੇ ਲੋਕਡਾਊਨ ਕੁਆਰੰਟੀਨ ਹੋ ਗਏ ਆਪਣੇ ਘਰ ਦੇ ਅੰਦਰ ਬਿਲਕੁਲ ਨਹੀਂ ਜਾ ਸਕਦੇ ਦਰਵਾਜ਼ਾ ਬੰਦ ਅਤੇ ਅੱਜ ਆਇਆ ਸੀ ਗੈਸ ਸਿਲੰਡਰ ਅਤੇ ਹੁਣ ਬਾਹਰੋਂ ਆਇਆ ਅਤੇ ਥੋੜ੍ਹਾ ਪ੍ਰੀਕੋਸ਼ਨ ਵਾਸਤੇ ਕਿਉਂਕਿ ਇੱਕ ਦੋ ਕੇਸਿਸ ਚੇਨਈ 'ਚ ਆ ਗਏ ਅਤੇ ਅਸੀਂ ਕੀ ਕੀਤਾ ਉਹ ਸਿਲੰਡਰ ਵਾਲੇ ਨੂੰ ਕਿਹਾ ਕਿ ਤੂੰ ਇੱਥੇ ਰੱਖ ਦੇ ਔਰ ਖਾਲੀ ਵਾਲਾ ਅਸੀਂ ਆਪਣੇ ਹੱਥਾਂ ਨਾਲ ਇਹ ਉਹ ਦੁਪਹਿਰ ਦਾ ਬਾਰ ਹੈ ਅਤੇ ਇਹਨੂੰ ਅਸੀਂ ਟੱਚ ਨਹੀਂ ਕੀਤਾ ਤਾਂ ਕਿ ਧੁੱਪ ਦੇ ਰੇਸ ਨਾਲ ਥੋੜ੍ਹਾ ਬਹੁਤਾ ਫਰਕ ਪਏ ਹੁਣ ਮੈਂ ਕੀ ਕਰਾਂਗੀ ਡੈਟੋਲ ਦਾ ਕੁਛ ਚੀਜ਼ ਨਾਲ ਇਹਨੂੰ ਥੋੜ੍ਹਾ ਸਾਫ਼ ਕਰ ਦਾਂਗੀ ਔਰ ਇੱਕ ਹੋਰ ਇੱਕ ਚਾਰ ਬਹੁਤ ਲੋਕਾਂ ਨੂੰ ਇਹ ਕਨਫਿਊਜ਼ਨ ਹੈ ਤੁਸੀਂ ਸੈਨੀਟਾਈਜ਼ਰ ਲਗਾਉਂਦੇ ਹੋ ਔਰ ਗੈਸ ਕੋਲ ਚੱਲ ਜਾਂਦੇ ਹੋ ਇੱਕ ਦੋ ਬੰਦੇ ਦਾ ਹੱਥ ਵੀ ਜਲੇ ਸੀ ਅਤੇ ਥੋੜ੍ਹਾ ਧਿਆਨ ਨਾਲ ਸੈਨੀਟਾਈਜ਼ਰ ਲਗਾ ਕੇ ਥੋੜ੍ਹੀ ਦੇਰ ਬਾਅਦ ਕੰਮ ਕਰੋ ਔਰ ਇਹਨੂੰ ਤੁਸੀਂ ਡੈਟੋਲ ਨਾਲ ਸਾਫ਼ ਕਰੋ ਔਰ ਇਹਨੂੰ ਅੰਦਰ ਲੈ ਜਾਓ ਉਸ ਤੋਂ ਬਾਅਦ ਇਹ ਵੀ ਪੇਪਰ ਵੀ ਸੀ ਮੈਂ ਥੋੜ੍ਹੇ ਦਿਨਾਂ ਤੋਂ ਹੱਥ ਨਹੀਂ ਲਗਾਇਆ ਔਰ ਮੈਂ ਇਹਨੂੰ ਧੁੱਪ ਕਾਫੀ ਦਿਲਾ ਦਿੱਤੀ ਹੈ ਔਰ ਅੱਜ ਤੋਂ ਬਾਅਦ ਉਹਨਾਂ ਨੂੰ ਕਹਿਤਾ ਕਿ ਸਾਨੂੰ ਨਿਊਜ਼ ਪੇਪਰ ਨਹੀਂ ਚਾਹੀਦਾ ਕਿਉਂਕਿ ਕਿੰਨੇ ਹੱਥਾਂ ਤੋਂ ਪਾਸ ਹੋ ਕੇ ਆਉਂਦਾ ਔਰ ਵੈਸੇ ਵੀ ਸਭ ਦੇ ਕੋਲ ਸੈੱਲ ਫੋਨ ਨੇ ਅਤੇ ਜ਼ਰੂਰੀ ਨਹੀਂ ਅਸੀਂ ਨਿਊਜ਼ ਪੇਪਰ ਪੜ੍ਹਾਂਗੇ ਤਾਂ ਨਿਊਜ਼ ਆਏਗੀ ਅਤੇ ਇਹਨੂੰ ਅਸੀਂ ਅਵੋਇਡ ਕਰ ਸਕਦੇ ਹਾਂ ਜੋ ਚੀਜ਼ ਅਵੋਇਡ ਕਰ ਸਕਦੇ ਹਾਂ ਉਹ ਕਰ ਲਏ ਨਿਊਜ਼ ਪੇਪਰ ਅਵੋਇਡ ਕਰ ਸਕਦੇ ਅਤੇ ਇੱਕ ਹੋਰ ਇੰਪੋਰਟੈਂਟ ਹੈ ਸਾਰੇ ਜਣੇ ਆਪਣੀ ਗੈਸ ਬੁਕਿੰਗ ਦੇ ਉੱਤੇ ਧਿਆਨ ਦੇ ਦਿਓ ਕਦੀ ਕਦੀ ਹੋ ਸਕੇ ਅੱਗੋਂ ਗੈਸ ਨਾ ਆਏ ਅਤੇ ਪਹਿਲੇ ਜਲਦੀ ਜਲਦੀ ਬੁੱਕ ਕਰੋ ਔਰ ਮੰਗਵਾ ਲਓ ਪਤਾ ਨਹੀਂ ਇੱਕ ਮਹੀਨਾ ਦੋ ਮਹੀਨਾ ਅਤੇ ਗੈਸ ਸਿਲੰਡਰਸ ਦਾ ਧਿਆਨ ਦੇ ਦਿਓ ਅਤੇ ਲੇਡੀਜ਼ ਦੇ ਵਾਸਤੇ ਬਹੁਤ ਇੰਪੋਰਟੈਂਟ ਹੈ